ਸੰਸਦ ਵਿਚ ਤਿੰਨ ਤਲਾਕ ਬਿੱਲ ਸਿਆਸਤ ਦੀ ਭੇਟ ਚੜ ਗਿਆ। ਭਾਰੀ ਹੰਗਾਮੇ ਦਰਮਿਆਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਈ। ਅੱਜ ਚਾਲੂ ਸੈਸ਼ਨ ਦਾ ਆਖਰੀ ਦਿਨ ਸੀ, ਪਰ ਵਿਰੋਧੀ ਧਿਰ ਆਪਣੀ ਮੰਗ ਤੇ ਅੜਿਆ ਰਿਹਾ ਅਤੇ ਸਰਕਾਰ ਵੀ ਪਿੱਛੇ ਹਟਣ ਦੇ ਮੂਡ ਵਿਚ ਨਹੀਂ ਸੀ। ਅਜਿਹੇ ਵਿਚ ਇਹ ਬਿੱਲ ਫਿਲਹਾਲ ਲਈ ਅਟਕ ਗਿਆ ਏ। ਰਾਜ ਸਭਾ ਦਾ 15 ਦਸੰਬਰ ਤੋਂ ਸ਼ੁਰੂ ਹੋਇਆ ਸਰਦ ਰੁੱਤ ਸੈਸ਼ਨ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਿਆ। ਇਸ ਦੌਰਾਨ ਉੱਚ ਸਦਨ ਵਿਚ ਹੰਗਾਮੇ ਦੇ ਕਾਰਨ ਕੰਮਕਾਰ ਦੇ 34 ਘੰਟਿਆਂ ਦਾ ਨੁਕਸਾਨ ਹੋਇਆ, ਜਿਸ ਨਾਲ ਰਾਜ ਸਭਾ ਵਿਚ ਤਿੰਨ ਤਲਾਕ ਤੇ GST ਸੋਧ ਬਿੱਲ ਲਟਕ ਗਏ ਅਤੇ ਸਪੀਕਰ ਐਮ ਵੈਂਕਈਆ ਨਾਇਡੂ ਨੇ ਇਸ ਤੇ ਚਿੰਤਾ ਵੀ ਜ਼ਾਹਰ ਕਰਦੇ ਹੋਏ ਕਿਹਾ ਕਿ ਰੁਕਾਵਟਾਂ ਲੋਕਤੰਤਰ ਦਾ ਹਿੱਸਾ ਨਹੀਂ ਨੇ। 14 ਦਿਨ ਚੱਲੇ ਇਸ ਸੈਸ਼ਨ ਵਿਚ 22 ਬਿੱਲ ਪੇਸ਼ ਕੀਤੇ ਗਏ।